ਵਿਕਰਮ ਮਜੀਠੀਆ ਵੱਲੋਂ ਆਮ ਆਦਮੀ ਪਾਰਟੀ ਦੇ ਆਗੂਆਂ ਖਿਲਾਫ ਦਰਜ ਮਾਣਹਾਨੀ ਕੇਸ ਦੀ ਅੱਜ ਅੰਮ੍ਰਿਤਸਰ ਅਦਾਲਤ ਦੇ ਵਿੱਚ ਸੁਣਵਾਈ ਹੋਈ ਜਿੱਥੇ ਵਿਕਰਮ ਮਜੀਠੀਆ ਖੁਦ ਅਦਾਲਤ ਦੇ ਵਿੱਚ ਪੇਸ਼ ਰਹੇ ਪਰ ਅਰਵਿੰਦ ਕੇਜਰੀਵਾਲ, ਸੰਜੇ ਸਿੰਘ ਤੇ ਆਸ਼ੀਸ਼ ਖੇਤਾਨ ਨੇ ਰੁਝੇਵਿਆਂ ਦਾ ਹਵਾਲਾ ਦੇ ਕੇ ਪੇਸ਼ੀ ਤੋਂ ਛੋਟ ਮੰਗੀ, ਜਿਸ ਦਾ ਵਿਕਰਮ ਮਜੀਠੀਆ ਦੇ ਵਕੀਲਾਂ ਦੇ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ। ਅਦਾਲਤ ਤੋਂ ਬਾਹਰ ਆ ਕੇ ਵਿਕਰਮ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਅਦਾਲਤੀ ਕਾਰਵਾਈ ਤੋਂ ਭੱਜ ਰਹੇ ਨੇ ਪਰ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਅਦਾਲਤ ਉਹਨਾਂ ਨੂੰ ਇਨਸਾਫ਼ ਜ਼ਰੂਰ ਦੇਵੇਗੀ। ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਦਾਲਤੀ ਕਾਰਵਾਈ ਤੋਂ ਭੱਜ ਰਹੀ ਹੈ ਪਰ ਉਹਨਾਂ ਨੂੰ ਯਕੀਨ ਹੈ ਕਿ ਇਨਸਾਫ਼ ਜ਼ਰੂਰ ਮਿਲੇਗਾ। ਦੇਖੋ, ਮੈਂ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਿਹਾ ਕਿ ਇਹਨਾਂ ਨੇ ਭੱਜਣਾ ਤੇ ਰਾਹ ਲੱਭਣੇ ਆ ਭੱਜਣ ਦੇ, ਅਰਵਿੰਦ ਕੇਜਰੀਵਾਲ, ਆਸ਼ੀਸ਼ ਖੇਤਾਨ ਤੇ ਸੰਜੇ ਸਿੰਘ। ਲੁਧਿਆਣੇ ਦੀ ਕੋਰਟ 'ਚ ਤੁਹਾਡਾ ਪੱਤਰਕਾਰ ਜਿਹੜਾ ਕੋ ਕਿਊ ਸੀ ਉਹਨੇ ਵੀ ਬਿਆਨ ਦਿੱਤਾ ਕਿ ਮੇਰੇ ਤੇ ਬਾਰ ਬਾਰ ਸੰਜੇ ਸਿੰਘ ਪ੍ਰੈਸ਼ਰ, ਕੋਰਟ ਦੇ ਅੰਦਰ ਜੱਜ ਸਾਹਿਬ ਦੇ ਅੱਗੇ ਬਿਆਨ ਦਿੱਤਾ ਕਿ ਮੇਰੇ ਤੇ ਪ੍ਰੈਸ਼ਰ ਪਾਉਂਦੇ ਸੀ ਕਿ ਡਿਲੇ ਟੈਕਟਿਕਸ ਵਰਤੋ, ਇਹ ਕੇਸ ਡਿਲੇ ਹੋਵੇ, ਇਹਦਾ ਫੈਸਲਾ ਨਾ ਆਵੇ, ਇਲੈਕਸ਼ਨ ਟਪਾਓ। ਅੱਜ ਵੀ ਮੈਂ ਬਾਰ ਬਾਰ ਕਹਿਣਾ ਕਿ ਤੁਸੀਂ ਬਾਹਰ ਆ ਕੇ ਇਲਜ਼ਾਮ ਲਾਉਂਦੇ ਹੋ, ਅੰਦਰ ਜਾ ਕੇ ਤੁਸੀਂ ਜੱਜ ਅੱਗੇ ਹੱਥ ਜੋੜ ਕੇ ਕਹਿੰਦੇ ਸਾਨੂੰ ਬੇਲ ਦੇ ਦਿਓ, ਸਾਨੂੰ ਅੱਜ ਛੁੱਟੀ ਦੇ ਦਿਓ। ਮੈਂ ਗੁਰੂ 'ਚ ਵਿਸ਼ਵਾਸ ਰੱਖਣ ਵਾਲਾ ਬੰਦਾ ਤੇ ਮੈਨੂੰ ਜੁਡੀਸ਼ਰੀ 'ਚ ਵਿਸ਼ਵਾਸ ਹੈ, ਆਪਣੇ ਲੀਗਲ ਪ੍ਰੋਸੈਸ 'ਚ ਵਿਸ਼ਵਾਸ ਹੈ। ਉਹ ਦਿਨ ਦੂਰ ਨਹੀਂ, ਇਹ ਭੱਜ ਲੈਣ ਜਿੰਨਾ ਮਰਜ਼ੀ, ਅੰਦਰ ਦੇ ਕੇ ਹਟਾਂਗੇ, ਕਾਨੂੰਨ ਰਾਹੀਂ ਦੇ ਕੇ ਹਟਾਂਗੇ, ਕਾਨੂੰਨ ਦੇ ਤੱਥਾਂ ਦੇ ਆਧਾਰ 'ਤੇ ਇਹ ਫੈਸਲਾ ਮੈਂ ਸਮਝਦਾ ਜੱਜ ਸਾਹਿਬ ਦਾ ਆਊਗਾ।